ਤੇ ਕਸਬਾ ਰਾਜਾ ਸਾਂਸੀ ਵਿੱਚ ਸਰਕਾਰੀ ਮੱਛੀ ਪੂੰਗ ਫਾਰਮ ਵਿਖੇ ਕੈਬਨਿਟ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਨੀਲੀ ਕ੍ਰਾਂਤੀ ਸਕੀਮ ਦਾ ਉਦਘਾਟਨ ਕੀਤਾ। ਇਸ ਮੌਕੇ ਉਹਨਾਂ ਨੇ ਕਿਹਾ ਕਿ ਮੱਛੀ ਪਾਲਣ ਅਤੇ ਡੇਅਰੀ ਵਰਗੇ ਸਹਾਇਕ ਧੰਦੇ ਕਰਕੇ ਕਿਸਾਨ ਆਪਣੀ ਕਮਾਈ ਵਿੱਚ ਵਾਧਾ ਕਰ ਸਕਦੇ ਹਨ। ਇਸ ਦੇ ਨਾਲ ਹੀ ਲੁਧਿਆਣਾ ਵਿੱਚ ਇੱਕ ਲੜਕੀ ਨਾਲ 12 ਲੋਕਾਂ ਵੱਲੋਂ ਕੀਤੀ ਗਈ ਹੈਵਾਨੀਅਤ ਤੇ ਬੋਲਦਿਆਂ ਉਹਨਾਂ ਨੇ ਕਿਹਾ ਕਿ ਇਸ ਹਰਕਤ ਨੂੰ ਕਰਨ ਵਾਲਿਆਂ ਨੂੰ ਕਿਸੇ ਵੀ ਹਾਲਤ ਵਿੱਚ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਹਨਾਂ ਨੇ ਸਹਾਇਕ ਧੰਦੇ ਅਡੋਪਟ ਕਰਨੇ ਪੈਣਗੇ ਔਰ ਸਹਾਇਕ ਜੋ ਆਪਾਂ ਅਡੋਪਟ ਕਰਦੇ ਹਾਂ ਉਹਦੇ ਨਾਲ ਉਹਨਾਂ ਵਾਸਤੇ ਕੋਈ ਫੀਡ ਚਾਹੀਦੀ ਆ ਜਾਂ ਕੋਈ ਹੋਰ ਚੀਜ਼ ਚਾਹੀਦੀ ਹੈ, ਬਰੀਡ ਚਾਹੀਦੀ ਆ, ਤਾਂ ਉਹਦੇ ਬਾਅਦ ਸਾਨੂੰ ਨਾਲ ਨਾਲ ਉਹਦੇ ਕੋਈ ਕਾਰਖਾਨੇ ਲਾਉਣੇ ਨਹੀਂ ਹੈ। ਜਿਹੜੀ ਇਹ ਫੀਡ ਫੈਕਟਰੀ ਫਿਸ਼ ਫੀਡ ਹੈਗੀ ਆ ਆਮ ਤੌਰ 'ਤੇ ਬਾਜ਼ਾਰ ਦੇ ਵਿੱਚ ਕਈ ਵਾਰ ਡੁਪਲੀਕੇਟ ਮਿਲਦੀ ਜਾਂ ਕੋਈ ਹੋਰ ਤਰ੍ਹਾਂ ਦੀ ਮਿਲਦੀ ਹੈ ਜਿਹਦਾ ਸਾਡੇ ਕਿਸਾਨ ਨੂੰ ਕਾਫੀ ਲੋਸ ਹੁੰਦਾ ਸੀਗਾ। ਹੁਣ ਅਸੀਂ ਆਪਣੇ ਸਰਕਾਰੀ ਤੌਰ 'ਤੇ ਮਿੱਲਾਂ ਬਣਾਈਆਂ ਨੇ ਤਾਂ ਕਿ ਕਿਸਾਨਾਂ ਨੂੰ ਇੱਕ ਪਿਓਰ ਫੀਡ ਮਿਲੇ, ਵਧੀਆ ਫੀਡ ਮਿਲੇ ਔਰ ਕੁਆਲਿਟੀ ਵਾਲੀ ਮਿਲੇ। ਸਰ ਸਰ ਮੱਛੀ ਪਾਲਣ ਨੂੰ ਦੇ ਹੋਰ ਵਧਾਵਾ ਦੇਣ ਲਈ ਪੰਜਾਬ ਸਰਕਾਰ ਦੇ ਕੀ ਉਪਰਾਲੇ ਚੱਲ ਰਹੇ? ਦੇਖੋ ਉਪਰਾਲੇ ਬਹੁਤ 40% ਸਬਸਿਡੀ ਦੇ ਰਹੇ ਹਾਂ ਔਰ ਤਕਰੀਬਨ ਹਰ ਜਗ੍ਹਾ 'ਤੇ ਐਜੂਕੇਟ ਕਰ ਰਹੇ ਹਾਂ, ਟ੍ਰੇਨਿੰਗ ਕੈਂਪ ਲਾਏ ਜਾ ਰਹੇ ਨੇ ਔਰ ਤਕਰੀਬਨ ਇਹਦੇ ਰਿਜ਼ਲਟ ਵੀ ਬੜੇ ਅੱਛੇ ਆ ਰਹੇ ਨੇ। ਜਿਹੜਾ ਇਹ ਨੀਲੀ ਕ੍ਰਾਂਤੀ ਦੇ ਰਿਜ਼ਲਟ ਬੜੇ ਅੱਛੇ ਨੇ ਔਰ ਕਿਸਾਨ ਵਾਸਤੇ ਬੜਾ ਲਾਹੇਵੰਦ ਹੁੰਦਾ ਕਿ ਦੇਖੋ 1.25 ਲੱਖ ਰੁਪਇਆ 1 ਕਿੱਲੇ ਦੇ ਵਿੱਚੋਂ ਆ ਜਾਣਾ ਬੜੀ ਵੱਡੀ ਗੱਲ ਆ ਔਰ ਬਹੁਤ ਥੋੜ੍ਹੀ ਮੈਨ ਪਾਵਰ ਦੀ ਲੋੜ ਹੈ ਔਰ ਇਸ ਤੋਂ ਅੱਛੀ ਮੈਨੇਜਮੈਂਟ ਦੀ ਲੋੜ ਆ, ਮੈਨ ਪਾਵਰ ਦੀ ਲੋੜ ਨਹੀਂ, ਖਰਚੇ ਬਹੁਤ ਘੱਟ ਨੇ। ਔਰ ਜਿਹੜੀ ਡਾਇਵਰਸਿਫਿਕੇਸ਼ਨ ਆਪਾਂ ਗੱਲ ਕਰਦੇ ਹਾਂ ਵਟਸਐਪ ਜਿਹੜਾ ਰਿਸੋਰਸਿਸ ਸਾਡੇ ਘੱਟਦੇ ਜਾ ਰਹੇ ਨੇ ਉਹ ਤੋਂ ਬਿਨਾਂ ਸਾਨੂੰ ਇਹੋ ਜਿਹੀਆਂ ਫਸਲਾਂ ਵਾਲੇ ਪਾਸੇ ਤੁਰਨ ਦੀ ਜ਼ਰੂਰਤ ਹੈ ਤਾਂ ਕਿ ਪੰਜਾਬ ਨੂੰ ਕੋਈ ਅੱਛਾ ਵਾਤਾਵਰਨ ਔਰ ਅੱਛੀ ਇਕਨੋਮਿਕਲੀ ਬੇਸ 'ਤੇ ਸਾਡੇ ਪੰਜਾਬ ਲੋਕ ਸਟਰੋਂਗ। ਸਰ ਇੱਕ ਟੀਚਰ ਅੱਧਾ ਘੰਟਾ ਲੇਟ ਆਉਂਦੀ ਹੈ ਤਾਂ ਉਹਨੂੰ ਫਟਕਾਰ ਲਗਾਈ ਜਾਂਦੀ ਹੈ, ਤੁਸੀਂ 2 ਘੰਟੇ ਲੇਟ ਆਏ ਹੋ, ਤੁਸੀਂ ਲਗਾ ਲਓ ਬਾਈ। ਮੈਂ 2 ਫੰਕਸ਼ਨ ਉਦੋਂ ਪਹਿਲਾਂ ਮੈਂ ਕਪੂਰਥਲੇ ਜਾ ਕੇ ਆਇਆ, ਕਪੂਰਥਲੇ ਫੰਕਸ਼ਨ ਅਟੈਂਡ ਕਰਕੇ ਹੋ ਸਕਦਾ ਮੈਂ ਕਿਤੇ ਚਾਹ ਨਹੀਂ ਪੀਤੀ ਤੁਹਾਡੇ ਕੋਲ। ਬਾਬਾ ਸਵਾਲ ਪੁੱਛੇ ਦੂਜੀ ਗੱਲ ਸੁਣੋ ਮੇਰੀ ਗੱਲ, ਹੁਣ ਮੈਂ ਵਾਪਸ ਸੈਸ਼ਨ ਹੈਗਾ ਅਤੇ ਜਿਹੜਾ ਇਹਦੇ ਲਈ ਮੈਂ ਤੁਹਾਡੇ ਕੋਲ ਇਸ ਗੱਲ ਦੀ ਮਾਫੀ ਵੀ ਚਾਹੁੰਦਾ ਕਿ ਮੈਂ ਲੇਟ ਹੋ ਗਿਆ, ਪਰ ਮੈਨੂੰ ਇਹ ਪੁੱਛ ਕੋਈ ਬੰਦਾ ਦੱਸਦੇ ਰਸਤੇ ਕਿਤੇ ਗੱਡੀ ਸਕਿੰਟ ਵੀ ਰੁਕੀ ਹੋਵੇ ਕਿਤੇ ਵੀ।